ਟੀਡੀ ਵਿੱਚ ਬੈਕਸਪੇਸ ਦੀ ਘੱਟ ਤੋਂ ਘੱਟ ਵਰਤੋਂ ਕਰਿਆ ਕਰੋ ਕਿਉਂਕਿ ਇਹਦੇ ਨਾਲ ਨਾ ਤੁਸੀਂ ਰਿਟਨ ਡਿਸਕੋਰਸ ਵਿੱਚੋਂ ਮਾਰਕਸ ਖਰਾਬ ਕਰ ਲੋਗੇ ਰਿਟਨ ਡਿਸਕੋਰਸ ਵਿੱਚੋਂ ਮਾਰਕਸ ਤੁਹਾਡੇ ਘਟ ਜਾਣਗੇ ਤੇ ਸਿਰਫ ਰਾਈਟਿੰਗ ਵਿੱਚ ਨਹੀਂ ਐਸੇ ਵਗੈਰੇ ਵਿੱਚ ਨਹੀਂ ਲਿਸਨਿੰਗ ਸਮਰੀ ਲਿਸਨਿੰਗ ਬਲੈਂਕਸ ਵਿੱਚ ਵੀ ਬੈਕਸਪੇਸ ਦੀ ਵਰਤੋਂ ਘੱਟ ਤੋਂ ਘੱਟ ਕਰਿਆ ਕਰੋ ਬੈਕਸਪੇਸ ਤੋਂ ਬਚਣ ਲਈ ਜਿਹੜਾ ਤੁਹਾਡਾ ਐਸੇ ਆ ਉਹਦੀ ਪ੍ਰੈਕਟਿਸ ਕਰਿਆ ਕਰੋ ਦਿਨ ਚ ਦੋ ਵਾਰ ਆਪਣੀ ਸਪੈਲਿੰਗ ਚੈੱਕ ਕਰਿਆ ਕਰੋ ਮਿਸਟੇਕਸ ਚੈੱਕ ਕਰਿਆ ਕਰੋ ਤੇ ਉਹਨਾਂ ਨੂੰ ਵਾਰ-ਵਾਰ ਲਿਖ ਕੇ ਦੇਖਿਆ ਕਰੋ ਸਪੈਲਿੰਗ ਸਹੀ ਕਰਨੀ ਕੋਸ਼ਿਸ਼ ਕਰਿਆ ਕਰੋ ਰਿਟਨ ਡਿਸਕੋਰਸ ਹੈਗਾ ਕਿ ਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸੂਗਾ ਇਹ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆ ਅਗਲੀ ਵੀਡੀਓ ਵਿੱਚ ਪੀਟੀਆ ਰਿਲੇਟਡ ਜਾਣਕਾਰੀ ਲੈ ਕੇ